ਮੋਗਾ ਦੇ ਪਿੰਡ ਰੌਲੀ ਵਿੱਚ ਨਾੜ ਨੂੰ ਲਾਈ ਅੱਗ ਦੇ ਅਚਾਨਕ ਫੈਲਣ ਕਾਰਨ ਖੇਤ ਲਾਗਲੇ ਇੱਕ ਘਰ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਣਕ ਦੇ ਬਚੇ ਨਾੜ ਨੂੰ ਅੱਗ ਲਾਈ ਗਈ ਸੀ, ਜੋ ਹਵਾ ਦੇ ਤੇਜ਼ ਵਹਾਅ ਦੇ ਨਾਲ ਇੱਕ ਘਰ ਵਿੱਚ ਜਾ ਵੜੀ, ਜਿੱਥੇ ਘਰ ਦਾ ਸਮਾਨ ਅਤੇ ਦੋ ਪਸ਼ੂ ਅੱਗ ਦੀ ਲਪੇਟ ਵਿੱਚ ਆ ਕੇ ਝੁਲਸ ਗਏ। ਉਧਰ ਮੌਕੇ ਤੇ ਪਹੁੰਚੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਮਸਲੇ ਦੀ ਜਾਂਚ ਕਰਕੇ ਕਾਰਵਾਈ ਕਰਨਗੇ।